ਕੁਲਵੀਰ ਜੀਰਾ ਸਾਡੇ ਨਾਲ ਹੈ ਹਾਲੇ ਤੱਕ ਸੀਐਮ ਦੀ ਅਨਾਉਂਸਮੈਂਟ ਨਹੀਂ ਹੋਈ ਕੁਲਵੀਰ ਜੀਰਾ ਜੀ ਤੋਂ ਗੱਲਬਾਤ ਕਰਦੇ ਹਾਂ ਕੁਲਵੀਰ ਜੀਰਾ ਜੀ ਕੱਲ ਤੋਂ ਜਿਹੜੀ ਆ ਉਹ ਚੱਲ ਰਿਹਾ ਕਸ਼ਮਕਸ਼ ਬਣੀ ਹੋਈ ਆ ਔਰ ਹਾਲੇ ਤੱਕ ਸੀਐਮ ਦੀ ਅਨਾਉਂਸਮੈਂਟ ਨਹੀਂ ਹੋਈ ਤੁਹਾਨੂੰ ਕੀ ਲੱਗਦਾ ਕਿਦੋਂ ਤੱਕ ਅਨਾਉਂਸਮੈਂਟ ਹੋਣ ਦੀ ਉਮੀਦ ਹੈ ਗੱਲ ਹੈ ਜੀ 3 3 ਵਜੇ ਤੱਕ ਅਨਾਉਂਸਮੈਂਟ ਜਿਹੜੀ ਹੋ ਜਾਊਗੀ ਔਰ 3 ਵਜੇ ਤੱਕ ਸਾਨੂੰ ਲੱਗਦਾ ਹੈ ਕਿ ਸਿੱਖ ਚਿਹਰਾ ਜਿਹੜਾ ਉਹ ਜਿਹੜਾ ਹਾਈ ਕਮਾਂਡ ਸੋਨਿਆ ਗਾਂਧੀ ਜੀ ਰਾਹੁਲ ਗਾਂਧੀ ਜੀ ਸਿੱਖ ਚੇਰਾ ਲੈ ਕੇ ਆਉਣਗੇ ਕਿਉਂਕਿ ਅੱਗੇ ਵੀ ਜੇ ਪ੍ਰਧਾਨ ਮੰਤਰੀ ਬਣਾਇਆ ਤੇ ਸਰਦਾਰ ਮਨਮੋਹਨ ਸਿੰਘ ਉਹਨਾਂ ਨੇ ਸਿੱਖ ਬਣਾਇਆ ਹਮੇਸ਼ਾ ਸਿੱਖਾਂ ਨੂੰ ਜਿਹੜੀ ਉਹਨਾਂ ਨੇ ਪਹਿਲ ਦਿੱਤੀ ਇੱਕ ਤੇ ਇਹ ਕਿਹਾ ਜਾਂਦਾ ਹੈ ਵੀ ਜਿੰਨੇ ਵਿਧਾਇਕ ਹੈ ਉਹਨਾਂ ਤੋਂ رائے ਮੰਗੀ ਗਈ ਸੀ ਕਿ ਉਹ ਕੀ ਪਸੰਦ ਕਰਦੇ ਆ ਤੁਸੀਂ ਵੀ ਸ਼ਾਇਦ ਆਪਣੀ رائے ਦਿੱਤੀ ਹੋਵੇ ਤੁਸੀਂ ਆਪਣੀ رائے ਕੀ ਦਿੱਤੀ ਗੱਲ ਹੈ ਜੀ ਸਾਡੀ ਤਾਂ ਹਮੇਸ਼ਾ ਹੀ ਇਹ ਰਹਿ ਰਹੀ ਹੈ ਔਰ ਹਮੇਸ਼ਾ ਹੀ ਪਸੰਦ ਜਿਹੜਾ ਸਾਡਾ ਤਾਂ ਸਿਕਜਿੰਦਰ ਸਿੰਘ ਰੰਧਾਵਾ ਰਹੇ ਨੇ ਨਵਜੋਤ ਸਿੰਘ ਸਿੱਧੂ ਰਹੇ ਨੇ ਪਰ ਜੇ ਸੀਐਮ ਦੀ ਦੌੜ ਦੇ ਵਿੱਚ ਉਹਨਾਂ ਨੇ ਮੈਨੂੰ ਪੁੱਛਿਆ ਤੇ ਮੈਂ ਉਹਦੇ ਵਿੱਚ ਕਿਉਂਕਿ ਨਵਜੋਤ ਸਿੰਘ ਸਿੱਧੂ ਪੀਸੀਸੀ ਦੇ ਸਾਡੇ ਪ੍ਰਧਾਨ ਨੇ ਔਰ ਇਸ ਕਰਕੇ ਇਹ ਇਕਜੁੱਟ ਨੇ ਔਰ ਅਸੀਂ ਕਹਿ ਕੇ ਸਿਕਜਿੰਦਰ ਸਿੰਘ ਰੰਧਾਵਾ ਨੂੰ ਜਿਹੜਾ ਹੈ ਕਿ ਮੁੱਖ ਮੰਤਰੀ ਬਣਾ ਤੁਸੀਂ ਮੈਂ ਇਹ ਰੰਧਾਵਾ ਸਾਹਿਬ ਦਾ ਨਾਮ ਦਿੱਤਾ ਹੈ ਬਿਲਕੁਲ ਜੀ ਬਿਲਕੁਲ ਔਰ ਮੈਂ ਇੱਕ ਹੋਰ ਇਹ ਵੀ ਗੱਲ ਚੱਲ ਰਹੀ ਹੈ ਵੀ ਦੋ ਡਿਪਟੀ ਸੀਐਮ ਦੀ ਵੀ ਗੱਲ ਚੱਲ ਰਹੀ ਹੈ ਔਰ ਸ਼ਾਇਦ ਮੇਰੇ ਖਿਆਲ ਦੋ ਡਿਪਟੀ ਸੀਐਮ ਦੀ ਵੀ ਰਾਏ ਮੰਗੀ ਗਈ ਹੈ ਤਾਂ ਉਸ ਚੀਜ਼ ਤੁਸੀਂ ਕੀ ਰਾਏ दलित समाज ਨੂੰ ਨਾਲ ਲੈ ਕੇ ਚੱਲ ਸਕਦੇ ਨੇ ਉਹ ਬਹੁਤ ਹੀ ਸੁਲਝੇ ਇਨਸਾਨ ਨੇ ਸਾਡੇ ਚਰਨਜੀਤ ਸਿੰਘ ਚੰਨੀ ਔਰ ਜਿਹੜਾ ਕਿ ਅਸੀਂ Hindu ਜਿਹੜੇ ਕਹਿੰਦੇ ਕਿ ਚਿਹਰੇ ਦੀ ਗੱਲ ਕਰਦੇ ਆ ਉਹ ਚਿਹਰੇ ਦੇ ਵਿੱਚ ਮੈਂ ਭਾਰਤ ਪੂਸ਼ਣ ਆਸ਼ੂ ਜੀ ਦਾ ਜਿਹੜਾ ਕਿ ਉਹ ਜ਼ਿਕਰ ਕੀਤਾ ਬਾਕੀ ਫੈਸਲਾ ਜਿਹੜਾ ਹੈ ਪਾਰਟੀ ਨੇ ਕਰਨਾ ਹੈ ਕਿਉਂਕਿ ਸਾਡੇ ਬਸ ਕੁਛ ਨਹੀਂ ਸਾਡੇ ਫੈਸਲੇ ਜਿਹੜੇ ਆ ਉਹ ਸੋਨੀਆ ਗਾਂਧੀ ਜੀ ਰਾਹੁਲ ਗਾਂਧੀ ਜੀ ਕਰਦੇ ਨੇ ਔਰ ਉਹਨਾਂ ਨੇ ਹਮੇਸ਼ਾ ਵਰਕਰ ਦੀ ਜਿਹੜੀ ਨਭਜ ਨੂੰ ਪਛਾਣਦਿਆਂ ਹੋਏ ਆ ਹਮੇਸ਼ਾ ਫੈਸਲਾ ਕੀਤੇ ਆ ਔਰ ਪੰਜਾਬ ਦੀ ਆਵਾਜ਼ ਨੂੰ ਅੱਗੇ ਜੇ ਲੋਕਾਂ ਨੇ ਇਹ ਗੱਲ ਕਹੀ ਕਿ ਨਵਜੋਤ ਸਿੰਘ ਸਿੱਧੂ ਪ੍ਰਧਾਨ ਬੰਨਣਾ ਚਾਹੀਦਾ ਤੇ ਤੁਸੀਂ ਵੇਖਿਆ ਕਿ ਉਹਨਾਂ ਦਾ ਫੈਸਲਾ ਲੋਕਾਂ ਦੇ ਹਿੱਤ ਦੇ ਵਿੱਚ ਆਇਆ ਔਰ ਨਵਜੋਤ ਸਿੰਘ ਸਿੱਧੂ ਨੂੰ ਜਿਹੜਾ ਪੀਸੀਸੀ ਦਾ ਪ੍ਰਧਾਨ ਬਣਾਇਆ ਗਿਆ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਤੇ ਕੁਐਸਚਨ ਚੱਕਿਆ ਔਰ ਉਹਨਾਂ ਨੂੰ ਐਂਟੀ ਨੈਸ਼ਨਲ ਤੱਕ ਉਹਨਾਂ ਨੂੰ ਦੱਸਿਆ ਔਰ ਇਹ ਕਿਹਾ ਵੀ ਜ ਤਾ ਉਹ ਜੰਮ ਕੇ ਉਹਨਾਂ ਦਾ ਵਿਰੋਧ ਕਰਨਗੇ ਤੁਸੀਂ ਇਸ ਗੱਲ ਨੂੰ ਕਿਸ ਤਰ੍ਹਾਂ ਦੇਖਦੇ ਹੋ ਗੱਲ ਹੈ ਜੀ ਜਿਹੜੀਆਂ ਅਸੀਂ ਲੰਬੇ ਸਮੇਂ ਤੋਂ ਜਿਹੜੀਆਂ ਅਰਦਾਸਾਂ ਕਰਦੇ ਸੀਗੇ ਉਹ ਅਰਦਾਸਾਂ ਜੇ ਪੂਰੀਆਂ ਕੀਤੀਆਂ ਤੇ ਉਹਨਾਂ ਦੇ ਵਿੱਚ ਯੋਗਦਾਨ ਸਭ ਤੋਂ ਵੱਡਾ ਜਿਹੜਾ ਕਿ ਨਨਕਾਣੇ ਦੇ ਦਰਸ਼ਨ ਜਿਹੜੇ ਆ ਕਿ ਜੇ ਉਹ ਲਾਂਘਾ ਖੁੱਲਿਆ ਤਾਂ ਮੈਂ ਕਰਤਾਰਪੁਰ ਸਾਹਿਬ ਦਾ ਤੇ ਉਹ ਲਾਂਘੇ ਦੇ ਵਿੱਚ ਸਭ ਤੋਂ ਵੱਡਾ ਰੋਲ ਜਿਹੜਾ ਸਰਦਾਰ ਨਵਜੋਤ ਸਿੰਘ ਸਿੱਧੂ ਦਾ ਸੀ ਔਰ ਮੈਂ ਗੱਲ ਕਹਿਣਾ ਕਿ ਜੇ ਇਸ ਚੀਜ਼ ਨੂੰ ਐਂਟੀ ਕਿਨਿਆ ਜਾਂਦਾ ਤੇ ਫਿਰ ਇਹ ਗੱਲ ਕੋਈ ਮੈਨੂੰ ਤਾਂ ਚੰਗੀ ਨਹੀਂ ਲੱਗੀ ਔਰ ਐਸੀ ਤੇ ਕਹਾਂਗੇ ਕਿ ਜੇ ਇਸ ਹਿਸਾਬ ਨਾਲ ਐਨਟੀ ਚੱਲਦੇ ਨੇ ਤੇ ਜਿਹੜਾ ਵਪਾਰ ਵੀ ਜਿਹੜਾ ਕਿ ਨਵਜੋਤ ਸਿੰਘ ਸਿੱਧੂ ਜਿਹੜਾ ਜਲਦੀ ਤੋਂ ਜਲਦੀ ਜਿਹੜਾ ਖਿਲਾਉਣਗੇ ਔਰ 2022 ਦੇ ਵਿੱਚ ਸਾਡਾ ਟਾਰਗੇਟ ਹੋਵੇਗਾ ਕਿ ਵਪਾਰ ਜਿਹੜਾ ਕਿ ਜਿਹੜਾ ਪਾਕਿਸਤਾਨ ਦੇ ਨਾਲ ਜਿਹੜਾ ਕਿ ਹੋਣਾ ਚਾਹੀਦਾ ਇੱਕ ਹੋਰ ਮੇਰਾ ਲਾਸਟ ਕੁਐਸਚਨ ਹੈ ਕੈਪਟਨ ਰਵਿੰਦਰ ਸਿੰਘ ਨੇ ਕਿਹਾ ਵੀ ਜਿਹੜਾ ਸੀਐਮ ਨਾਊਂਸ ਹੋਵੇ ਉਹ ਮੇਰੇ ਧੜੇ ਚੋਂ ਹੋਵੇ ਮੇਰੇ ਵਿਰੋਧੀਆਂ ਦੇ ਧੜੇ ਚੋਂ ਨਾ ਹੋਵੇ ਇਹ ਵੀ ਗੱਲ ਜਿਹੜੀ ਆ ਉਹਨਾਂ ਨੇ ਕਿਹਾ ਵੀ ਜੇ ਜਦੀ ਮੇਰੇ ਵਿਰੋਧੀਆਂ ਦੇ ਧੜੇ ਚੋਂ ਕੋਈ ਸੀਐਮ ਨਾਊਂਸ ਹੁੰਦਾ ਤਾਂ ਮੈਂ ਉਸ ਦਾ ਡੱਟ ਕੇ ਵਿਰੋਧ ਕਰਾਂਗਾ ਗੱਲ ਇਹ ਆ ਕਿ ਸੀਐਮ ਸਾਹਿਬ ਨੇ ਤਾਂ ਕੋਈ ਧੜਾ ਰੱਖਿਆ ਨਹੀਂ ਠੀਕ ਹੈ ਔਰ ਮੈਂ ਗੱਲ ਕਹਿਣਾ ਕਿ ਲੋਕਾਂ ਦੀ ਆਵਾਜ਼ ਦੇ ਨਾਲ ਸੀਐਮ ਬੰਨਣਾ ਚਾਹੀਦਾ ਲੋਕਾਂ ਦੀ ਗੱਲ ਸੁਣਨ ਵਾਲਾ ਸੀਐਮ ਬੰਨਣਾ ਚਾਹੀਦਾ ਉਹ ਸੀਐਮ ਬੰਨਾ ਚਾਹੀਦਾ ਹੈ ਕਿ ਜਿਹੜਾ ਨੇਰੇ ਸਵੇਰੇ ਜਦੋਂ ਕਿਸੇ ਤੇ ਭੀੜ ਪੈਂਦੀ ਏ ਤੇ ਉਹ ਸੀਐਮ ਪਹਿਲਾਂ ਜਾ ਕੇ ਵਰਕਰ ਦੇ ਅੱਗੇ ਖੜਾ ਹੋਵੇ ਇਹੋ ਜਿਹਾ ਸੀਐਮ ਲੋਕ ਚਾਹੁੰਦੇ ਨੇ ਠੀਕ ਥੈਂਕ ਯੂ ਇਹ ਸੀਗੇ ਕੁਲਵੀਰ ਜਰਾਏ ਜੀ ਜਿਨ੍ਹਾਂ ਨੇ ਬਿਲਕੁਲ ਸਾਫ਼ ਕਰ ਦਿੱਤਾ ਕਿ ਉਹਨਾਂ ਤੋਂ رائے ਮੰਗੀ ਗਈ ਸੀ ਉਹਨਾਂ ਨੇ ਸੁਖਜਿੰਦਰ ਰੰਧਾਵਾ ਦਾ ਨਾਮ ਜਿਹੜਾ ਪ੍ਰਪੋਜ਼ ਕੀਤਾ ਹਾਈ ਕਮਾਂਡ ਨੂੰ ਔਰ ਉਹਨਾਂ ਨੇ ਕਿਹਾ ਵੀ ਜਿਹੜਾ ਕੈਪਟਨ ਰਮਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਤੇ આરોਪ ਲਗਾਏ ਨੇ ਕੀ ਨਵਜੋਤ ਸਿੰਘ ਸਿੰ্ধু ਐਂਟੀ ਨੈਸ਼ਨਲ ਆ ਤਾਂ ਇਹਨਾਂ ਨੇ ਔਰੋਪਾ ਨੂੰ ਖਾਰਿਜ ਕੀਤਾ ਔਰ ਇਹਨਾਂ ਨੇ ਕਿਹਾ ਕਿ ਜਿਹੜਾ ਲਾਂਗਾ ਖੁਲਾਇਆ ਗਿਆ ਉਹ ਉਸਦਾ ਸ਼ੇ ਨਵਜੋਤ ਸਿੰਘ ਸਿੱਧੂ ਨੂੰ ਜਾਂਦਾ ਔਰ ਜਦ ਇਹ ਨਵਜੋਤ ਸਿੰਘ ਸਿੱਧੂ ਪੀਐਮ ਸੀਐਮ ਬਣਦੇ ਨੇ ਤਾਂ ਜਿਹੜਾ ਪੰਜਾਬ ਤੇ ਪਾਕਿਸਤਾਨ ਦੇ ਵਿੱਚ ਜਿਹੜਾ ਵਪਾਰ ਜਿਹੜਾ ਬੰਦ ਹੋਇਆ ਹੋਇਆ ਉਹ ਵੀ 2022 ਤੱਕ ਖੁੱਲ ਸਕਦਾ ਇਸ ਤਰ੍ਹਾਂ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਦੀ ਇੱਕ ਤਰ੍ਹਾਂ ਤਾਰੀਫ਼ ਕੀਤੀ ਆ ਔਰ ਉਹਨਾਂ ਨੇ ਕਿਹਾ ਜੇ ਨਵਜੋਤ ਸਿੰਘ ਸਿੱਧੂ ਨੂੰ ਸੀਐਮ ਬਣਾਇਆ ਜਾਂਦਾ ਤਾਂ ਉਹਨਾਂ ਨੂੰ ਕੋਈ ਆਬਜੈਕਸ਼ਨ ਨਹੀਂ ਹੋਏਗਾ ਮੈਂ ਦਿਨੇਸ਼ ਕੋਲ ਕੈਮਰਾਮੈਨ ਰੁਮਾ ਜਾਬਦੇ ਨਾਲ ధన్యਵਾਦ ਤੇਬੀ ਲਈ ਚੰਡੀਗੜ੍ਹ ਤੋਂ ਅਲੀਸ਼ਾ ਬੇਗਮ ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ ਰੋਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਣ ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਬਸ ਦੀ ਗੱਲ ਨਹੀਂ ਪਰੇਸ਼ਾਨੀ ਜਿਵੇਂ ਲਵ ਮੈਰਿਜ ਪਤੀ ਪਤਨੀ ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਬੁਰੇ ਸੁਪਨੇ ਵਿਦੇਸ਼ ਯਾਤਰਾ ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ ਬਿਮਾਰੀ ਚ ਦਵਾ ਨਾ ਲੱਗਣਾ ਵਸ਼ੀਕਰਨ ਇੱਕ ਸੱਚਾਈ ਹੈ ਵਸ਼ੀਕਰਨ ਕਰਵਾਓ ਮਨ ਚਾਹਾ ਪਿਆਰ ਪਾਓ ਕੀ ਤੁਹਾਡੀ ਕਿਸਮਤ ਚ ਲਾਟਰੀ ਦਾ ਯੋਗ ਹੈ ਜਾਂ ਨਹੀਂ ਸੱਚਾਈ ਜਾਣੋ ਲਾਟਰੀ ਨੰਬਰ ਪਾਓ ਭਾਵੇਂ 649 ਜਾ ਹੋਵੇ ਜਾਂ ਲੋਟੋ ਮੈਕਸ 11 ਕੈਂਟੇਜ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ ਜਾ ਕਹੜੇ ਤੋਂ ਬਾਹਰ ਤੁਰਤ ਸੰਪਰਕ ਕਰੋ ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ ਅਲੀਸ਼ਾ ਬੇਗਮ

ਹੁਣੇ ਕਾਲ ਕਰੋ ਬਾਬਾ ਸਲੀਮ ਖਾਨ 9819937460